ਫਾਜ਼ਿਲਕਾ ਤੋਂ ਅਗਵਾ ਹੋਇਆ ਬੱਚਾ ਹਰਿਆਣਿਓਂ ਬਰਾਮਦ, ਦੋ ਦੋਸ਼ੀ ਕਾਬੂ। ਫਾਜ਼ਿਲਕਾ ਪੁਲਿਸ ਵੱਲੋਂ ਅੱਜ 12 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਅਗਵਾ ਹੋਏ ਬੱਚੇ ਦਾ ਮਾਮਲਾ ਸੁਲਝਾ ਲਿਆ ਗਿਆ ਹੈ। ਪੁਲਿਸ ਨੇ ਅਗਵਾ ਹੋਏ ਬੱਚੇ ਨੂੰ ਅੱਜ ਹਰਿਆਣਿਓਂ ਬਰਾਮਦ ਕੀਤਾ ਅਤੇ ਨਾਲ ਹੀ ਦੋ ਦੋਸ਼ੀਆਂ ਨੂੰ ਵੀ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਦੋ ਦੋਸ਼ੀਆਂ ਵੱਲੋਂ ਅਗਵਾ ਕਰਨ ਦੇ ਲਈ ਵਰਤੀਆਂ ਜਾ ਰਹੀਆਂ ਦੋ ਗੱਡੀਆਂ ਵੀ ਪੁਲਿਸ ਵੱਲੋਂ ਬਰਾਮਦ ਕੀਤੀਆਂ ਗਈਆਂ ਹਨ। ਇਸ ਬਾਰੇ ਵਿੱਚ ਪ੍ਰੈਸ ਨਾਲ ਰੂਬਰੂ ਹੁੰਦੇ ਹੋਏ ਫਿਰੋਜ਼ਪੁਰ ਰੇਂਜ ਦੇ IG ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਹੈ ਕਿ ਫਾਜ਼ਿਲਕਾ ਪੁਲਿਸ ਨੇ 4 ਸਾਲ ਦੇ ਨਾਬਾਲਗ ਬੱਚੇ ਨੂੰ, ਅਗਵਾ ਕਰਨ ਵਾਲੇ ਦੋ ਲੋਕਾਂ ਨੂੰ, ਫਿਰੌਤੀ ਦੀ ਰਕਮ ਅਤੇ ਦੋ ਗੱਡੀਆਂ ਦੇ ਨਾਲ 12 ਘੰਟੇ ਵਿੱਚ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਰਤਨ ਸਿੰਘ ਨਾਮਕ ਇੱਕ ਵਿਅਕਤੀ ਦੇ ਪੋਤਰੇ ਨੂੰ ਦੋ ਲੋਕਾਂ ਨੇ ਕੱਲ੍ਹ ਸ਼ਾਮ ਅਗਵਾ ਕਰ ਲਿਆ ਸੀ, ਜਿਸ ਉੱਤੇ ਪੁਲਿਸ ਦੀ ਵੱਖ ਵੱਖ ਟੀਮਾਂ ਬਣਾ ਕੇ ਟੈਕਨੀਕਲ ਤਰੀਕੇ ਦੇ ਨਾਲ ਆਰੋਪੀਆਂ ਦਾ ਪਿੱਛਾ ਕਰਕੇ ਹਰਿਆਣੇ ਦੇ ਸਿਰਸੇ ਤੋਂ 2 ਗੱਡੀਆਂ ਅਤੇ ਫਿਰੌਤੀ ਦੀ 2,62,000 ਰਕਮ ਦੇ ਨਾਲ ਗ੍ਰਿਫਤਾਰ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਦਾ ਇਹ ਬਹੁਤ ਅੱਛਾ ਕਦਮ ਹੈ, ਜਿਸ ਵਿੱਚ ਬੱਚੇ ਦੀ ਜਾਨ ਵੀ ਬਚ ਗਈ ਅਤੇ ਆਰੋਪੀ ਵੀ ਫੜੇ ਗਏ। ਮੀਡੀਆ ਦੁਆਰਾ ਪੁਲਿਸ ਵੱਲੋਂ ਪੁੱਛੇ ਗਏ ਸਵਾਲਾਂ ਉੱਤੇ ਉਹਨਾਂ ਨੇ ਕਿਹਾ ਹੈ ਕਿ ਅਜੇ ਆਰੋਪੀਆਂ ਤੋਂ ਪੁੱਛਗਿੱਛ ਕਰਨੀ ਹੈ, ਅਜੇ ਤਾਂ ਗ੍ਰਿਫਤਾਰ ਕਰਕੇ ਲਿਆਏ ਹਾਂ, ਪੁੱਛਗਿੱਛ ਦੇ ਬਾਅਦ ਹੀ ਸਾਰੀ ਗੱਲ ਸਾਹਮਣੇ ਆਵੇਗੀ। ਕਿਡਨੈਪ ਕਰਨ ਦਾ ਮੁੱਖ ਕਾਰਨ ਕੀ ਸੀ? ਮੇਰੇ ਪੋਤੇ ਨੂੰ ਚੱਕ ਲੈ ਗਏ। ਕੀ ਗੱਲ ਸੀ, ਕਿਉਂ, ਕੀ ਕਾਰਨ ਸੀ? ਸਾਨੂੰ ਤਾਂ ਪਤਾ ਨਹੀਂ ਕਿ ਕੀ ਕਾਰਨ ਇਹਨਾਂ ਨਾਲ ਕੋਈ ਗੱਲ। ਇਹ ਕਦੋਂ ਦੀ ਘਟਨਾ ਹੈ, ਕੌਣ ਸੀ? ਕੱਲ੍ਹ ਦੀ ਹੈ ਜੀ, 4:15 ਦੀ। ਅੱਛਾ, ਹਾਂਜੀ। ਕਿੱਥੋਂ ਲੈ ਗਏ ਸੀ? ਪਤਰੇ ਵਾਲੇ। ਪੈਸੇ ਮੰਗੇ ਆ? ਕੀ ਮੰਗਿਆ, ਕੀ ਗੱਲ ਹੋਈ ਹੈ? 15 ਲੱਖ ਰੁਪਈਆ ਮੰਗਿਆ ਸੀ ਜੀ। ਕੌਣ ਸੀ ਬੰਦੇ? ਆ ਬੰਦੇ ਇੱਥੇ ਮੁਲਾਜ਼ਮਾਂ ਨੂੰ ਫੜ ਕੇ ਲਿਆਉਂਦੇ। ਨਹੀਂ, ਤੁਸੀਂ ਕਦੇ ਮਿਲੇ ਸੀ? ਅਸੀਂ ਇਹ ਗਲਤ ਕੰਮ ਕਰਦੇ ਹਾਂ, ਸਾਡਾ ਫਿਰ ਪੁਲਿਸ ਹੁੰਦੇ ਹਨ। ਨਹੀਂ ਨਹੀਂ, ਤੁਸੀਂ ਇਸ ਬੰਦਿਆਂ ਨੂੰ ਮਿਲੇ ਜੀ ਪਹਿਲਾਂ ਕਦੇ? ਨਾ। ਤੁਹਾਨੂੰ ਟਾਰਗੇਟ ਕਿਉਂ ਬਣਾਇਆ? ਮੇਰਾ ਪੋਤਰਾ ਇਹ ਚੱਕ ਕੇ ਲੈ ਗਿਆ ਰੋਡ ਉੱਤੇ ਆਪਣੀ ਕੋਠੀ ਹੈ। ਅੱਜ ਤੱਕ ਮਤਲਬ ਹੈ ਨਹੀਂ ਸੀ ਉੱਥੇ, ਅਤੇ ਮਤਲਬ 9 ਵਜੇ ਤੱਕ ਮੇਰੇ ਘਰ ਦੇ ਸੀ ਘਰੇ। ਰਤਨ ਸਿੰਘ ਜੀ, ਲਵਪ੍ਰੀਤ। ਕਿਹੜਾ ਪਿੰਡ ਜੀ? ਪੱਤਰੇ ਵਾਲਾ ਜੀ। ਕੰਮ ਕਰਦੇ ਹੋ? ਜ਼ਿਮੀਂਦਾਰ ਆ ਜੀ। ਖੇਤੀਬਾੜੀ ਕਰਦੇ? ਕਦੋਂ ਫੋਨ ਕਦੋਂ ਆਇਆ ਸੀ ਕਦੋਂ? ਮੈਂ ਉਦੋਂ ਬਸ ਉਦੋਂ ਸਾਨੂੰ ਕੋਈ ਅੱਧੇ ਘੰਟੇ ਬਾਅਦ ਆ ਗਿਆ ਫੋਨ ਵੀ ਇੱਥੇ 15 ਲੱਖ ਰੁਪਈਆ ਲਿਆਓ ਅਤੇ ਸਾਡਾ ਪੋਤਾ ਲਿਆ। ਉਦੋਂ ਬਾਅਦ ਫਿਰ ਤੁਸੀਂ ਕੀ ਕੀਤਾ? ਅਸੀਂ ਮਿਹਨਤ ਕੀਤੀ ਵੀ ਅਸੀਂ ਗਰੀਬ ਬੰਦੇ, ਸਾਡੇ ਕੋਲ 15 ਲੱਖ ਕਿੱਥੋਂ ਆਇਆ? ਬੱਚੇਗਾ ਹਮਾਰੇ ਇਹਨਾਂ ਨੇ ਸਾਡੇ 11 ਲੱਖ ਰੁਪਇਆ ਲੈ ਰੱਖਾ ਤਾ ਕੁਲਦੀਪ ਔਰ ਜੱਗੇ ਨੇ। ਅੱਛਾ, ਤੋ ਇਸ ਕਾਰਨ ਹਮਨੇ ਲੜਕੇ ਕੋ ਉਠਾਇਆ ਥਾ ਅਭੀ ਹਮਾਰੇ ਪੈਸੇ ਆਜੇ, ਲਗੇ ਪੈਸੇ ਮਾਰੇ ਆਜੇ। ਠੀਕ ਹੈ। ਤੋ ਹਮਾਰੇ ਲਗੇ ਪੈਸੇ 7.5 ਲੱਖ ਰੁਪਇਆ ਥਾ, ਬਾਕੀ ਉੱਪਰ ਵਾਲਾ ਹਮਨੇ ਛੋੜ ਦਿਆ ਥਾ। ਹਮਨੇ ਕਿਹਾ ਹਮਾਰੇ ਲਗੇ ਪੈਸੇ ਵੀ ਹਮਕੋ ਮਿਲ ਜੇ, ਔਰ ਇਹਨਾਂ ਨੇ ਨੋਟੋਂ ਕਾ ਵਪਾਰ ਬਣਾ ਰੱਖਾ ਤਾ ਵੀ ਡਬਲ ਨੋਟ ਹੋ ਜਾਏਗੇ, ਪਰ ਹਮਕੋ ਦੇ ਜੋ, ਹਮਨੇ ਆਪਣੇ ਘਰ ਕਾ ਸੋਨਾ ਰੱਖ ਕੇ ਇਸਕੋ ਪੈਸੇ ਦੀਏ ਕੁਲਦੀਪ ਔਰ ਜੱਗੇ ਕੋ। ਠੀਕ ਹੈ। ਤੋ ਇਹ ਕੰਮ ਤੁਮਨੇ ਅੱਛਾ ਕੀਆ, ਬੱਚੇ ਕਾ ਅਪਹਰਣ ਕੀਆ? ਨਹੀਂ, ਇਹ ਕੰਮ ਅੱਛਾ ਨਹੀਂ ਕੀਆ। ਤੋ ਫਿਰ ਅਬ ਆਪਕੋ ਤੁਮੇ ਪਛਤਾਵਾ ਹੈ ਇਸ ਬਾਤ ਕਾ? ਹਾਂਜੀ, ਪਛਤਾਵਾ। ਕਹਾਂ ਕੇ ਰਹਿਣੇ ਵਾਲੇ ਹੋ? ਸਰਸਾ ਕੇ। ਕਿਆ ਨਾਮ ਹੈ ਤੁਹਾਡਾ? ਵਿਸ਼ਾਲ ਜੀ। ਕਿਸ ਚੀਜ਼ ਕੇ ਪੈਸੇ ਦੇ ਰੱਖੇ ਤੁਮਨੇ? ਹਾਂਜੀ, ਆਪਨੇ ਕਿਸ ਚੀਜ਼ ਕੇ ਪੈਸੇ ਲੈਣੇ ਤੁਮਸੇ? ਉਨਸੇ ਪੈਸੇ ਲੈਣੇ ਥੇ, ਹਮਨੇ ਉਸਕੋ ਪੈਸੇ ਦੇ ਰੱਖੇ ਥੇ ਜੀ, ਵੋ ਕਰਤੇ ਡਬਲ ਪੈਸੇ ਹੋ ਜਾਏਂਗੇ। ਅੱਛਾ, ਪੈਸੇ ਡਬਲ ਹੋ ਜਾਏਂਗੇ, ਤਾਂ ਹਮਨੇ ਉਸ ਚੀਜ਼ ਕੇ ਲੀਏ ਆਪਣੇ ਸਾਰੇ ਘਰ ਕਾ ਸੋਨਾ ਰੱਖ ਕੇ ਔਰ ਪੈਸੇ ਦੀਏ ਥੇ ਉਸਕੋ। ਆਗੇ ਵੀ ਕੋਈ ਕੇਸ ਹੋਏ ਹੈ ਆਪਕੇ ਉਧਰ ਸੇ? ਨਹੀਂ ਜੀ। ਕੱਲ੍ਹ ਸ਼ਾਮ ਨੂੰ ਕੋਈ 4-5 ਵਜੇ ਦੇ ਕਰੀਬ ਥਾਣਾ ਖੂਹੀ ਖੇੜੇ ਦੇ ਪਿੰਡ ਪਤਰੇਵਾਲੇ ਦੇ ਵਿੱਚ ਇੱਕ 3-3.5 ਸਾਲ ਦਾ ਬੱਚਾ ਲਵਪ੍ਰੀਤ ਹਰਿਆਣੇ ਦੇ ਕੁਛ ਬੰਦਿਆਂ ਨੇ ਕਿਡਨੈਪ ਕਰ ਲਿਆ ਸੀ। ਪੁਲਿਸ ਨੇ ਕੇਸ ਰਜਿਸਟਰ ਕਰਕੇ ਕਾਰਵਾਈ ਸ਼ੁਰੂ ਕੀਤੀ ਔਰ ਬੜੀ ਮੁਸਤੈਦੀ ਨਾਲ ਕੰਮ ਕਰਕੇ 12 ਘੰਟੇ ਦੇ ਵਿੱਚ ਹੀ ਸਪੈਸ਼ਲ ਟੀਮਾਂ ਬਣਾ ਕੇ ਟੈਕਨੀਕਲ ਅਸਿਸਟੈਂਸ ਦੇ ਨਾਲ ਬੱਚਾ ਵੀ ਰਿਕਵਰ ਕਰ ਲਿਆ, ਫਿਰੌਤੀ ਵਾਲੀ ਅਮਾਊਂਟ ਵੀ ਰਿਕਵਰ ਹੋ ਗਈ ਅਤੇ ਮੁਲਜ਼ਮ ਵੀ ਅਰੈਸਟ ਕਰ ਲਏ। ਸੋ ਬੜਾ ਕਲੀਨ ਆਪਰੇਸ਼ਨ ਹੋਇਆ ਕਿ ਦੂਜੀ ਸਟੇਟ ਦੇ ਵਿੱਚ ਆ ਕੇ ਹਰਿਆਣੇ ਦੇ ਵਿੱਚੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਇੱਕ ਬਹੁਤ ਹੀ ਪ੍ਰਸ਼ੰਸਾ ਵਾਲਾ ਕੰਮ ਕੀਤਾ ਔਰ ਇੱਕ ਬੜਾ ਵੱਡਾ ਮੈਸੇਜ ਦਿੱਤਾ ਹੈ ਕਿਡਨੈਪਰਸ ਨੂੰ ਕਿ
ਲਾਅ ਬ੍ਰੇਕ ਕਰਨ ਵਾਲੇ ਇਹੋ ਜਿਹੇ ਕਿਡਨੈਪਰਸ ਦਾ ਕਾਨੂੰਨ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ, ਇਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਬੱਚਾ ਪੱਤਰਿਆਂ ਵਾਲੀ ਪਿੰਡ ਦੇ ਵਿੱਚੋਂ, ਥਾਣਾ ਕੋਈ ਖੇਡੇ ਵਿੱਚ ਪਿੰਡ ਹੈ, ਘਰ ਦੇ ਬਾਰ ਬਾਰ ਖੇਡ ਰਿਹਾ ਸੀ, ਉਸਨੂੰ ਇੱਕ ਇਨੋਵਾ ਕਾਰ ਉਸਦਾ ਨੰਬਰ ਪਲੇਟ ਚੇਂਜ ਕਰਕੇ ਉਹਦੇ 'ਚ ਕਿਡਨੈਪ ਕਰਕੇ ਪੰਜਾਬ ਸਟੇਟ ਤੋਂ ਬਾਹਰ ਹਰਿਆਣੇ 'ਚ ਲੈ ਗਏ ਸੀ। ਹਾਂ, ਫੈਮਿਲੀਜ਼ ਨੇ ਕੁਛ ਨਾਵਾਂ 'ਤੇ ਸਾਨੂੰ ਸ਼ੱਕ ਜ਼ਾਹਰ ਕੀਤਾ ਸੀ। ਉਸ ਨਾਵਾਂ ਦੇ ਵਿੱਚੋਂ ਅਸੀਂ ਟੈਕਨੀਕਲ ਅਸਿਸਟੈਂਸ ਦੇ ਨਾਲ ਜਦੋਂ ਰੈਨਸਮ ਕਾਲ ਆਈ ਉਸ ਤੋਂ ਬਾਅਦ ਅਸੀਂ ਜ਼ੀਰੋ ਡਾਊਨ ਕੀਤਾ ਔਰ ਪੁਲਿਸ ਦੀ ਜਿਹੜੀ ਸੂਝਬੂਝ, ਪਲੈਨਿੰਗ, ਓਪਰੇਸ਼ਨਸ, ਟੈਕਨੀਕਲ ਅਸਿਸਟੈਂਸ, ਟਾਈਮਲੀ ਐਕਸ਼ਨ ਦੇ ਨਾਲ ਮੁਲਜ਼ਮ ਜਿਹੜੇ ਆ ਕਾਨੂੰਨ ਦੀ ਗ੍ਰਿਫਤ ਵਿੱਚ ਆ ਗਏ।